ਜਿਹੜੇ ਮੁਲਾਜ਼ਮ ਰਿਸ਼ਵਤ ਲੈਂਦੇ ਆ, ਜਿਹੜੇ ਵਿਜੀਲੈਂਸ ਜਿਨ੍ਹਾਂ ਨੂੰ ਫੜ ਲੈਂਦੀ ਆ, ਪੋਲੀਟੀਕਲ ਲੋਕਾਂ ਨੂੰ ਫੜਦੇ ਆ, ਉਹਨਾਂ ਉਹ ਕਿਹੜੀ ਹੜਤਾਲ ਕਰਦੇ ਆ ਜੀ? ਜੇ ਕੋਈ ਪੋਲੀਟੀਕਲ ਬੰਦਾ ਚੋਰ ਆ ਜਾਂ ਜਿਹਦੇ ਕਰਪਸ਼ਨ ਕੀਤੀ ਆ, ਉਹਨੂੰ ਜੇਲ੍ਹ 'ਚ ਭੇਜਿਆ ਜਾਂਦਾ ਕਿ ਨਹੀਂ ਭੇਜਿਆ ਜਾਂਦਾ? ਅਤੇ ਇਸ ਕਰਕੇ ਇਹ ਜਿਹੜੇ ਨੇ, ਇਹਨਾਂ ਲਈ ਕੋਈ ਸਪੈਸ਼ਲ ਇਹ ਕੋਈ ਸਰਕਾਰ ਦੇ ਕੀ ਨੇ? ਮੈਨੂੰ ਇਹ ਤਾਂ ਦੱਸੋ ਨਾ, ਇੱਕ ਸਰਕਾਰ ਤੋਂ ਲੱਖਾਂ ਰੁਪਈਆ ਤਨਖਾਹਾਂ ਲੈ ਕੇ ਉਦੋਂ ਬਾਅਦ ਚੋਰੀ ਕਰਨੀ? ਮੈਂ ਉਹ ਮੁਲਾਜ਼ਮਾਂ ਨੂੰ ਕਹਿੰਦਾ, ਉਹ 1% ਨੇ ਯਾਰ, 99% ਨੂੰ ਇਹ ਬਦਨਾਮ ਕਰਦੇ ਆ, ਅਤੇ ਉਹ ਬਿਲਕੁਲ ਸਹੀ ਫੈਸਲਾ ਹੈ, ਇਹ ਸਰਕਾਰਾਂ ਨੂੰ ਕਰਨਾ ਚਾਹੀਦਾ। ਬਲੈਕਮੇਲ ਕਿਵੇਂ ਕਰ ਲੂਗਾ ਕੋਈ ਸਰਕਾਰ? ਲੋਕਾਂ ਦੀ ਚੁਣੀ ਹੋਈ ਸਰਕਾਰ ਆ, ਵੀ ਜਿਹੜਾ ਕਰਪਸ਼ਨ ਕਰਦਾ ਏ ਉਹਨੂੰ ਸਖਤੀ ਨਾਲ, ਉਹਨੂੰ ਜਿਹੜਾ ਉਹ ਤੋਂ ਪੈਨ ਆ ਜਿਹੜਾ ਉਹ ਤੋਂ ਖੋਹ ਲੈਣਾ ਚਾਹੀਦਾ। ਉਹ ਲੋਕਾਂ ਦੇ ਹਿੱਤ ਲਈ ਫਿਰ ਥੋੜ੍ਹੀ ਪੈਨ ਵਰਤ ਰਿਹਾ ਆਪਣਾ, ਉਹ ਤਾਂ ਰਿਸ਼ਵਤ ਲੈਣ ਲਈ, ਲੋਕਾਂ ਨੂੰ ਤੰਗ ਕਰਨ ਲਈ ਪੈਨ ਵਰਤ ਰਿਹਾ। ਇਸ ਗੱਲ ਦੀ ਮੈਂ ਭਗਵੰਤ ਮਾਨ ਸਾਹਿਬ ਦੀ ਜਾਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ, ਮੈਂ ਕਹਿੰਦਾ ਕੋਈ ਵੀ ਸਰਕਾਰ ਹੋਵੇ ਜਿਹੜਾ ਬੰਦਾ ਕਰਪਟ ਆ, ਅਤੇ ਉਹ ਫਿਰ ਧਮਕੀਆਂ ਦੇਵੇ ਵੀ ਮੈਂ ਜਾ ਕੇ ਜੀ ਆਪਣੀ ਹੜਤਾਲ ਕਰ ਦੂੰਗਾ, ਲੱਕ ਕਰੀ ਜਾਵੇ ਹੜਤਾਲ। ਬਹੁਤ ਨਵੇਂ ਨੌਜਵਾਨ ਬੱਚੇ ਨੇ, ਇਹਨਾਂ ਨੇ ਵੀ ਤਾਂ ਅੱਗੇ 5-5 ਹਜ਼ਾਰ 'ਤੇ ਰੱਖੇ ਹੋਏ ਆ, ਕੰਮ ਤਾਂ ਉਹਨਾਂ ਨੂੰ ਆਉਂਦਾ ਹੈ, ਉਹ ਅਲੱਗ ਸਾਂਭ ਲੈਣਗੇ ਕੰਮ। ਨਹੀਂ, ਉਸ ਉਦੋਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਉਦੋਂ ਬਾਰਡਰ 'ਤੇ ਫੈਂਸਿੰਗ ਨਹੀਂ ਸੀ, ਅੱਜ ਤਾਂ ਫੈਂਸਿੰਗ ਆ ਨਾ। ਉਦੋਂ ਤਾਂ ਕੀ ਕਰਦੇ ਸੀ ਵੀ ਸਿੱਧਾ ਟੈਰਰਿਸਟ ਇੱਧਰੋਂ ਮਾਰ ਕੇ ਇੱਧਰ ਨਸ਼ਾ ਲਾ ਕੇ, ਕਿਉਂਕਿ ਉਹ ਆਪ ਨਸ਼ੇ ਤੋਂ ਬਗੈਰ ਇਹ ਕੰਮ ਨਹੀਂ ਕਰ ਸਕਦੇ ਸੀ। ਬੰਦੇ ਬੱਸਾਂ 'ਚੋਂ ਲਾ ਕੇ 40-40-50 ਬੰਦੇ ਮਾਰਨੇ, ਤੁਸੀਂ ਸੋਚ ਸਕਦੇ ਹੋ ਵੀ ਡਰੱਗ ਦੇ ਬਗੈਰ ਕੋਈ ਕਰ ਸਕਦਾ ਹੈ? ਉਹ ਇਸ ਕਰਕੇ ਪਾਕਿਸਤਾਨ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਨਸ਼ੇ 'ਤੇ ਲਾਇਆ, ਉਹਨਾਂ ਨੇ ਆਪਣੇ ਸਾਥੀਆਂ ਨੂੰ ਨਸ਼ੇ 'ਤੇ ਲਾਇਆ। ਉਹਨਾਂ ਦੇ ਜਦੋਂ ਫੜਦੇ ਸੀ, ਉਹਨਾਂ ਦੇ ਇੰਜੈਕਸ਼ਨ ਵੀ ਲੱਭਦੇ ਸੀ, ਉਹਨਾਂ ਦੇ ਕੋਲ ਦਵਾਈਆਂ ਵੀ ਲੱਭਦੀਆਂ ਸੀ ਜਿਹੜੀਆਂ ਅੱਜ ਸਿੰਥੈਟਿਕ ਦਵਾਈਆਂ ਨੇ ਨਾ। ਅੱਜ ਚਿੱਟਾ ਤਾਂ ਨੌ ਆ, ਇੱਕ ਚਿੱਟਾ ਕੁਛ ਵੀ ਨਹੀਂ ਗਾ, ਚਿੱਟਾ ਤਾਂ ਜਿਹੜਾ ਹੈ ਓਪੀਐਮ ਅਫੀਮ ਨਾਲ ਬਣਦਾ, ਉਹ ਅੱਜ ਹੁੰਦੀ ਉਹ ਨਹੀਂ ਗੀ। ਇਹ ਸਾਰਾ ਜਿਹੜਾ ਹੈ ਇਹ ਮੈਡੀਕਲ ਨਸ਼ਾ ਹੈ, ਜਿਹੜਾ ਉਦੋਂ ਵੀ ਉਹਨਾਂ ਦੇ ਨਾਲ ਗੋਲੀਆਂ ਆਉਂਦੀਆਂ ਸੀ ਪੀਸ ਕੇ, ਅੱਜ ਬਣਾਈਆਂ ਜਾਂਦੀਆਂ। ਅਤੇ ਉਦੋਂ ਬਾਰਡਰ ਫੈਂਸਿੰਗ ਕੋਈ ਨਹੀਂ ਸੀ, ਵਾਰਦਾਤ ਕਰਦੇ ਸੀ ਉੱਧਰ ਭੱਜ ਜਾਂਦੇ ਸੀ, ਕਿੰਨਾ ਔਖਾ ਕੰਮ ਸੀ ਉਸ ਸਰਕਾਰ ਨੂੰ ਸਾਂਭਣਾ। ਅਤੇ ਇਸ ਕਰਕੇ ਨਸ਼ਾ ਇਹ ਅੱਜ ਦਾ ਨਹੀਂ ਆਇਆ ਹੋਇਆ। ਅਤੇ ਠੀਕ ਆ, ਉਦੋਂ ਲੋਕ ਨਸ਼ਾ ਸੇਵਨ ਪੰਜਾਬ ਦੇ ਵਿੱਚ ਜਿਹੜੇ ਉਹ ਜ਼ਿਆਦਾ ਭੁੱਖੀ ਦਾ ਜਾਂ ਅਫੀਮ ਦਾ ਜਿਹੜਾ ਸੇਵਨ ਕਰਦੇ ਸੀ ਜਦੋਂ, ਪਰ ਇਹ ਉਤੋਂ ਬਾਅਦ ਸ਼ੁਰੂ ਹੋ ਗਿਆ ਆਉਣੋਂ, ਉਦੋਂ ਬਾਅਦ ਪੰਜਾਬ ਅੱਜ ਉੱਧਰ ਲੱਗ ਗਿਆ। ਨਹੀਂ, ਦੇਖੋ ਦੇਖੋ ਗੱਲ ਇਹ 'ਚ ਕਾਂਗਰਸ ਦਾ ਤਾਂ ਇਹ 'ਚ ਕੋਈ ਲੈਣਾ ਦੇਣਾ ਹੀ ਨਹੀਂ ਗਾ ਨਾ। ਜੇ ਕਿਸੇ ਨੇ ਜੋ ਸੁਣਨ ਉੜੀਆਂ ਉੜੀਆਂ ਗੱਲਾਂ ਹੈ ਵੀ ਨਿਤੀਸ਼ ਕੁਮਾਰ ਜੀ ਨੇ ਭੇਜਿਆ ਹੈ ਉਹਨਾਂ ਨੂੰ ਸੁਨੇਹਾ, NDA ਜਾਂ ਇੰਡੀਆ ਅਲਾਇੰਸ ਨੇ ਕੋਈ ਨਹੀਂ ਭੇਜਿਆ, ਕਿਸੇ ਨੇ ਨਿੱਜੀ ਭੇਜਿਆ ਹੈ ਤਾਂ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ। ਪਰ ਉਹ ਅਲਾਇੰਸ ਦੀ ਜਿਹੜੀ ਸੱਦਾ ਹੈ ਉਹ ਇਕੱਠਾ ਜਿਹੜਾ, ਉਹ ਤਾਂ 31 'ਤੇ ਅੱਜ ਅਤੇ ਕੱਲ੍ਹ ਮੀਟਿੰਗ ਹੋਣੀ, ਅੱਜ ਡਿਨਰ ਆ, ਕੱਲ੍ਹ ਮੀਟਿੰਗ ਹੋਏਗੀ, ਉਹਦੇ ਵਿੱਚ ਇਕੱਠਾ ਸਮੁੱਚੇ ਕੋਈ ਫੈਸਲਾ ਨਹੀਂ ਲਿਆ ਗਿਆ। ਨਹੀਂ ਜਾਣ, ਮੈਂ ਆਪਾਂ ਉਹਦੀ ਉਹਨਾਂ ਦੀ ਪਾਰਟੀ ਨੂੰ ਕੀ ਕਹਿਣਾ ਹੈ, ਉਹ ਕਿਸੇ ਨਾਲ ਵੀ ਜਾ ਸਕਦੇ, ਉਹ ਤਾਂ ਉਹਨਾਂ ਦਾ ਫੈਸਲਾ ਹੈ। ਨਹੀਂ ਵੀ ਕਿਉਂ ਕਿਉਂ ਨਾ ਸਖਤੀ ਹੋਵੇ ਜੀ? ਮੈਂ ਇਹ ਗੱਲ ਕਹਿਣਾ, ਜਿਹੜੇ ਮੁਲਾਜ਼ਮ ਰਿਸ਼ਵਤ ਲੈਂਦੇ ਆ, ਜਿਹੜੇ ਵਿਜੀਲੈਂਸ ਜਿਨ੍ਹਾਂ ਨੂੰ ਫੜ ਲੈਂਦੀ ਆ, ਪੋਲੀਟੀਕਲ ਲੋਕਾਂ ਨੂੰ ਫੜਦੇ ਆ, ਉਹਨਾਂ ਉਹ ਕਿਹੜੀ ਹੜਤਾਲ ਕਰਦੇ ਆ ਜੀ? ਜੇ ਕੋਈ ਪੋਲੀਟੀਕਲ ਬੰਦਾ ਚੋਰ ਆ ਜਾਂ ਜਿਹਦੇ ਕਰਪਸ਼ਨ ਕੀਤੀ ਆ, ਉਹਨੂੰ ਜੇਲ੍ਹ 'ਚ ਭੇਜਿਆ ਜਾਂਦਾ ਕਿ ਨਹੀਂ ਭੇਜਿਆ ਜਾਂਦਾ? ਅਤੇ ਇਸ ਕਰਕੇ ਇਹ ਜਿਹੜੇ ਨੇ, ਇਹਨਾਂ ਲਈ ਕੋਈ ਸਪੈਸ਼ਲ ਇਹ ਕੋਈ ਸਰਕਾਰ ਦੇ ਕੀ ਨੇ? ਮੈਨੂੰ ਇਹ ਤਾਂ ਦੱਸੋ ਨਾ, ਇੱਕ ਸਰਕਾਰ ਤੋਂ ਲੱਖਾਂ ਰੁਪਈਆ ਤਨਖਾਹਾਂ ਲੈ ਕੇ ਉਦੋਂ ਬਾਅਦ ਚੋਰੀ ਕਰਨੀ? ਮੈਂ ਉਹ ਮੁਲਾਜ਼ਮਾਂ ਨੂੰ ਕਹਿੰਦਾ, ਉਹ 1% ਨੇ ਯਾਰ, 99% ਨੂੰ ਇਹ ਬਦਨਾਮ ਕਰਦੇ ਆ, ਅਤੇ ਉਹ ਬਿਲਕੁਲ ਸਹੀ ਫੈਸਲਾ ਹੈ, ਇਹ ਸਰਕਾਰਾਂ ਨੂੰ ਕਰਨਾ ਚਾਹੀਦਾ। ਬਲੈਕਮੇਲ ਕਿਵੇਂ ਕਰ ਲੂਗਾ ਕੋਈ ਸਰਕਾਰ? ਲੋਕਾਂ ਦੀ ਚੁਣੀ ਹੋਈ ਸਰਕਾਰ। ਮੈਨੂੰ ਪੁੱਛਿਆ ਨਾ ਤੁਸੀਂ, ਮੇਰਾ ਵਰਜਨ ਪੁੱਛਿਆ, ਪਾਰਟੀ ਵਾਲੇ ਨਹੀਂ ਰੱਖਦੇ, ਉਹ ਕੀ ਕਹਿੰਦੇ ਆ, ਉਹ ਉਹਨਾਂ ਦਾ ਵਿਚਾਰ ਹੋ ਸਕਦਾ। ਮੈਂ ਆਪਣੀ ਗੱਲ ਤੁਸੀਂ ਕੀਤੀ, ਮੈਂ ਤੁਹਾਨੂੰ ਦੱਸਤੀ ਵੀ ਜਿਹੜਾ ਕਰਪਸ਼ਨ ਕਰਦਾ ਏ ਉਹਨੂੰ ਸਖਤੀ ਨਾਲ, ਉਹਨੂੰ ਜਿਹੜਾ ਉਹ ਤੋਂ ਪੈਨ ਆ ਜਿਹੜਾ ਉਹ ਤੋਂ ਖੋਹ ਲੈਣਾ ਚਾਹੀਦਾ। ਉਹ ਲੋਕਾਂ ਦੇ ਹਿੱਤ ਲਈ ਫਿਰ ਥੋੜ੍ਹੀ ਪੈਨ ਵਰਤ ਰਿਹਾ ਆਪਣਾ, ਉਹ ਤਾਂ ਰਿਸ਼ਵਤ ਲੈਣ ਲਈ, ਲੋਕਾਂ ਨੂੰ ਤੰਗ ਕਰਨ ਲਈ ਪੈਨ ਵਰਤ ਰਿਹਾ। ਇਸ ਗੱਲ ਦੀ ਮੈਂ ਭਗਵੰਤ ਮਾਨ ਸਾਹਿਬ ਦੀ ਜਾਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ, ਮੈਂ ਕਹਿੰਦਾ ਕੋਈ ਵੀ ਸਰਕਾਰ ਹੋਵੇ ਜਿਹੜਾ ਬੰਦਾ ਕਰਪਟ ਆ, ਅਤੇ ਉਹ ਫਿਰ ਧਮਕੀਆਂ ਦੇਵੇ ਵੀ ਮੈਂ ਜਾ ਕੇ ਜੀ ਆਪਣੀ ਹੜਤਾਲ ਕਰ ਦੂੰਗਾ, ਲੱਕ ਕਰੀ ਜਾਵੇ ਹੜਤਾਲ। ਬਹੁਤ ਨਵੇਂ ਨੌਜਵਾਨ ਬੱਚੇ ਨੇ, ਇਹਨਾਂ ਨੇ ਵੀ ਤਾਂ ਅੱਗੇ 5-5 ਹਜ਼ਾਰ 'ਤੇ ਰੱਖੇ ਹੋਏ ਆ, ਕੰਮ ਤਾਂ ਉਹਨਾਂ ਨੂੰ ਆਉਂਦਾ ਹੈ, ਉਹ ਅਲੱਗ ਸਾਂਭ ਲੈਣਗੇ ਕੰਮ।